ਜਦੋਂ ਮੈਂ ਵੀਡੀਓ ਦੇਖਦਾ ਆ ਤੇ ਗੈਰਤ ਮੇਰੀ ਜਿਹੜੀ ਆ ਉਹ ਜਾਗ ਪੈਂਦੀ ਹੈ। ਤੁਹਾਡੀ ਗੈਰਤ ਨਹੀਂ ਜਾਗਦੀ, ਤੁਸੀਂ ਸਿਰਫ ਐਵੇਂ ਨੰਗੀਆਂ ਕਿਰਪਾਨਾਂ ਕੱਢ ਕੇ ਹਿਲਾਉਣ ਵਾਲਿਆਂ ਵਿੱਚੋਂ ਆ, ਠੀਕ ਹੈ। ਕਿਸੇ ਥਾਣੇਦਾਰ ਨੇ ਉਹਦੇ ਮਿਰਚਾਂ ਗੋਪਤੰਗਾਂ ਦੇ ਉੱਤੇ ਰੱਖੀਆਂ, ਦਰਸ਼ਨ ਸਿੰਘ ਡੈਲ ਨੋ ਦਾ ਬੰਦੇ ਦਾ ਨਾਂ ਆ। ਦੋ ਲੇਡੀ ਕੇਸ ਕਾਂਸਟੇਬਲਾਂ ਮੰਗਾ ਲਈਆਂ ਤੇ ਮੇਰੇ ਗੋਪਤੰਗਾਂ ਦੇ ਵਿੱਚ ਮਿਰਚਾਂ ਪਾਈਆਂ। ਮੈਂ ਭੈਣ ਨੂੰ ਕਹਿੰਦਾ ਮੇਰੇ ਨਾਲ ਕੰਟੈਕਟ ਕਰ, ਕਿਸੇ ਪਾਰਟੀ ਨੂੰ, ਕਿਸੇ ਹਮਦਰਦੀ ਨੇ, ਕਿਸੇ ਜਥੇਬੰਦੀ ਨੇ ਉਹਨੂੰ 5000 ਰੁਪਈਆ ਨਹੀਂ ਦਿੱਤਾ। ਮੇਰੇ ਨਾਲ ਭੈਣ ਮੇਰੀ ਕੰਟੈਕਟ ਕਰੇ, ਮੈਂ ਉਹਦੀ ਹੈਲਪ ਕਰਦਾ ਜਿੰਨੀ ਹੋ ਸਕਦੀ ਹੈ। 20,000, 30,000, 40,000, 50,000 ਮੈਂ ਪਾਵਾਂਗਾ ਐਨੀ ਟਾਈਮ। ਕਿਸੇ ਜਥੇਬੰਦੀ ਨੇ ਇਹਦੀ ਬਾਂਹ ਨਹੀਂ ਫੜੀ ਹੈਗੀ, ਤੁਸੀਂ ਮਾਰਦੇ ਆ ਬੜਕਾਂ ਬੜਬੜੀਆਂ, ਕੋਈ ਮੱਥਾ ਟੇਕਣਾ ਉਹਨੂੰ ਫੜ ਲਿਆ, ਕੋਈ ਮੋਟਰਸਾਈਕਲ ਤੇ ਜੋੜਾ ਜਾਂਦੇ ਆ ਉਹਦੀ ਵੀਡੀਓ ਲਾਪੇ ਬਣਾਉਣ, ਇਹ ਆਸ਼ ਕੋਏ ਕੀ ਜਾਂਦੇ ਆ ਅਸੀਂ ਫੜ ਲਿਆ। ਤੁਹਾਡਾ ਕੰਮ ਕਿਹਾ ਨੈਟ ਦੇ ਉੱਤੇ ਕਿਸੇ ਭੈਣ ਦੀ ਵੀਡੀਓ ਪਾਉਣ ਦੀ, ਤੁਹਾਨੂੰ ਸ਼ਰਮ ਨੀ ਉਹਦੀ ਬਿਲਕੁਲ ਹੈ? ਤੁਹਾਡੀਆਂ ਭੈਣਾਂ ਦੀਆਂ ਕੱਲ ਨੂੰ ਕੋਈ ਵੀਡੀਓ ਪਾਉਣਗੇ ਫੇਰ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਟੈਕਨੋਲੋਜੀ ਮੈਨ ਪਰਮਜੀਤ ਸ਼ੁਕਰ ਜਰਮਨੀ ਤੋਂ ਤਹਿ ਦਿਲੋਂ ਧੰਨਵਾਦ ਕਰਦਾ ਪੂਰੇ ਵਰਲਡ ਦਾ। ਤੇ ਇੱਕ ਮੰਦਭਾਗੀ ਖਬਰ ਜਿਹੀ ਆਈ ਹੈ, ਆਪਣੇ ਗੁਰਦੁਆਰਾ ਸਾਹਿਬ ਹੈ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ, ਤੇ ਉੱਥੇ ਕੋਈ ਮੁੰਡਾ ਕੁੜੀ ਮੱਥਾ ਟੇਕਣ ਗਏ ਆ ਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ। ਸਿੱਖ ਧਰਮ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਆ ਤੇ ਮਾੜੇ ਇਨਸਾਨ ਵੀ ਬਹੁਤ ਵਾ, ਤੇ ਜਿਹੜੇ ਮਾੜੇ ਆ ਹਨਾ ਇਹ ਜਾਣੀ ਕਿ ਸਿਸਟਮ ਨੂੰ ਖਰਾਬ ਕਰ ਰਹੇ ਨੇ। ਇਹ ਆਪ ਤਾਂ ਸਾਰੇ ਜਰਦਾ ਜੁਰਦਾ ਲਾਉਣ ਵਾਲੇ ਬੰਦੇ ਹੁੰਦੇ ਆ, ਬਾਅਦ ਦੇ ਵਿੱਚ ਗਿਆਨੀ ਧਿਆਨੀ ਬਣ ਜਾਂਦੇ ਆ, ਪਿੰਡੋਂ ਕੱਢੇ ਹੁੰਦੇ ਆ, ਪਿੰਡ ਵਿੱਚ ਕੰਮ ਨਹੀਂ ਇਹਨਾਂ ਕੋਲ ਹੁੰਦਾ ਹੈਗਾ, ਘਰ ਦੇ ਇਹਨਾਂ ਨੂੰ ਝੱਲਦੇ ਕੋਈ ਨਹੀਂ ਗੇ, ਤੇ ਆ ਕੇ ਗੁਰਦੁਆਰੇ ਦੇ ਗਿਆਨੀ ਗੁਣੀ ਬਣ ਜਾਂਦੇ ਆ, ਹੈ ਉੱਥੇ ਜਾ ਕੇ ਰੋਹਬ ਦਿਖਾਲਦੇ ਆ। ਮੈਨੂੰ ਤਾਂ ਲੱਗਦਾ ਕੋਈ ਲਟੇਰੇ ਲਟਾਰੇ ਕਿਸਮ ਦੇ ਬੰਦੇ ਸੀਗੇ, ਵੀ ਇਹਨਾਂ ਕੋਲ ਪੈਸਾ ਲਿਆ ਜਾਵੇ ਤੇ ਪੈਸਾ ਲਿਆ ਜਾਊਗਾ ਤੇ ਇਹਨਾਂ ਨੂੰ ਅਸੀਂ ਫਿਰ ਛੱਡ ਦੇਵਾਂਗੇ, ਇਹ ਇਸ ਕਿਸਮ ਦੇ ਬੰਦੇ ਆ। ਫਿਰ ਇੱਕ ਵਾਰੀ ਇਹਨਾਂ ਨੇ ਕੋਈ ਵਾਲ ਕੱਟਦਾ ਬੰਦਾ ਸੀ ਉਹਦੀ ਦੁਕਾਨ ਉੱਤੇ ਜਾ ਕੇ ਵੀ ਇਹਨਾਂ ਨੇ ਕੁੱਟਮਾਰ ਕੀਤੀ, ਇਹੀ ਬੰਦੇ ਸੀਗੇ। ਤੁਸੀਂ ਪੂਰੇ ਪੰਜਾਬ ਦਾ ਠੇਕਾ ਲਿਆ ਆ, ਜੇ ਪੂਰੇ ਪੰਜਾਬ ਦਾ ਤੁਸੀਂ ਠੇਕਾ ਲਿਆ ਤਾਂ ਪੁਲਿਸ ਕੀ ਕਰਦੀ ਹੈ? ਤੇ ਜਾਓ ਉੱਥੇ ਜਾ ਕੇ ਪੁਲਿਸ ਨੂੰ ਪੁੱਛੋ ਜਾ ਕੇ। ਆ ਬਰਨਾਲਾ ਪਰਸੋਂ ਦੀ ਖਬਰ ਹੈ, ਥਾਣਾ ਟੱਲੇਵਾਲ ਦੇ ਵਿੱਚ ਥਾਣੇਦਾਰ ਨੇ ਉਹ ਕੁੜੀ ਦੇ ਨਾਲ ਕੀ ਕੀਤਾ, ਉਹ ਰਿਪੋਰਟ ਲਿਖਾਉਣ ਆਈ ਹੈ, ਕੁੜੀ ਦੇ ਨਾਲ ਉਹਨਾਂ ਨੇ ਦੋ ਜਾਣੇ ਨੇ ਗਲਤ ਕੰਮ ਕਰ ਦਿੱਤਾ। ਤੇ ਸਾਡੀ ਪੁਲਿਸ ਦੇ ਉੱਤੇ ਜਾ ਕੇ ਤੁਸੀਂ ਪੁੱਛ ਗਿੱਛ ਕਰੋ, ਉਹਨਾਂ ਦੇ ਛਿੱਤਰ ਛੁੱਤਰ ਫੇਰੋ ਪੁਲਿਸ ਵਾਲਿਆਂ ਦੇ, ਜੇ ਜ਼ਿਆਦਾ ਤੁਹਾਡਾ ਖੂਨ ਗਰਮ ਹੈ ਉਹਨਾਂ ਨੂੰ ਤਾਂ ਤੁਸੀਂ ਪੁੱਛ ਨਹੀਂ ਸਕਦੇ, ਉਹਨਾਂ ਨੂੰ ਦੇਖ ਕੇ ਤੁਹਾਡੀਆਂ ਮੋਕਾਂ ਨਿਕਲਦੀਆਂ। ਹੈਂ ਮਾੜੇ ਬੰਦੇ ਤੇ ਤੁਸੀਂ ਰੋਹ ਪਾਉਣ ਵਾਲੇ ਆ, ਧਮਕਾਉਣਾ ਜਾ ਕੇ ਇਹਨਾਂ ਪੁਲਿਸ ਵਾਲਿਆਂ ਨੂੰ ਧਮਕਾਓ ਜਿਹੜੇ ਜਨਾਨੀਆਂ ਨਾਲ ਗਲਤ ਕੰਮ ਕਰਦੇ ਨੇ, ਉਹਨਾਂ ਕੋਲ ਤਾਂ ਤੁਸੀਂ ਜਾ ਨਹੀਂ ਸਕਦੇ। ਆ ਬੱਚੇ ਆਏ ਆ ਉਹ ਗਾਹਾਂ ਗੁਰਦੁਆਰੇ ਵਿੱਚ ਆ ਜਾਣਗੇ, ਉਹ ਬੱਚੇ ਮੁੜ ਕੇ ਮੱਥਾ ਟੇਕਣਗੇ ਉਹ, ਹੈਂ ਤੁਹਾਨੂੰ ਸਰਟੀਫਿਕੇਟ ਚਾਹੀਦਾ, ਹੈਂ ਫਿਰ ਬੰਦਾ ਆਣ ਕੇ ਗੁਰਦੁਆਰੇ ਮੱਥਾ ਟੇਕ ਸਕਦਾ, ਵੀ ਪਹਿਲਾਂ ਤੁਹਾਨੂੰ ਸਰਟੀਫਿਕੇਟ ਦਿਖਾ ਲਏ ਵੀ ਅਸੀਂ ਵਿਆਹੇ ਹਾਂ, ਫਿਰ ਉਹ ਮੱਥਾ ਟੇਕਣ ਜਾ ਕੇ ਫਿਰ ਉਹ ਲੰਗਰ ਖਾਣ, ਨਹੀਂ ਸਰਟੀਫਿਕੇਟ ਹੈਗਾ ਉਹਨਾਂ ਦੇ ਛਿੱਤਰ ਪਰੇਟ ਕਰ ਦਿਓ ਤੁਸੀਂ, ਤੁਹਾਨੂੰ ਹੱਕ ਕਿਹਨੇ ਦਿੱਤੇ ਇਹੋ ਜਿਹੇ? ਜਿਹੜਾ ਕਿਹੜਾ ਉੱਠਦਾ ਆਪਣਾ ਹੀ ਲੱਗਾ ਆ ਕੰਮ ਕਰਨ। ਫਿਰ ਕਦੇ ਤੁਸੀਂ ਇਹ ਸੋਚਿਆ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਆ, ਕਿੰਨੀ ਆਮਦਨ ਹੈ ਉੱਥੇ ਡੈਲੀ ਦੀ, ਹੈਂ ਕੋਈ ਬੰਦੇ ਵੀਲ ਚੇਅਰ 'ਤੇ ਜਾਂਦੇ ਆ, ਉੱਥੇ ਲੈਫਟ ਸਿਸਟਮ ਕਿਉਂ ਨਹੀਂ ਬਣਿਆ? ਇੰਨਾ ਪੈਸਾ ਹੈ, ਉਹਨਾਂ ਨੇ ਵੀਲ ਚੇਅਰ ਲੈਫਟ ਵਿੱਚ ਜਾਵੇ ਤਾਂ ਥੱਲੇ ਜਾ ਕੇ ਮੱਥਾ ਟੇਕ ਸਕਦੇ ਨੇ, ਲੈਫਟ ਨਹੀਂ ਹਜੇ ਬਣੀ, ਪੈਸਾ ਤੁਹਾਡੇ ਕੋਲ ਬੇਸ਼ੁਮਾਰ ਪਿਆ, ਵਰਤਣਾ ਤੁਹਾਨੂੰ ਨਹੀਂ ਆਉਂਦਾ ਹੈਗਾ। ਉੱਥੇ 4 ਲੈਫਟਾਂ ਹੋਣੀਆਂ ਚਾਹੀਦੀਆਂ, 2 ਇਸ ਸਾਈਡ 'ਤੇ 2 ਉਸ ਸਾਈਡ ਦੇ ਉੱਤੇ, ਕਈ ਬੰਦੇ ਵੀਲ ਚੇਅਰ 'ਤੇ ਜਾਣਾ ਚਾਹੁੰਦੇ ਨੇ, ਹੈਂ ਕਿੰਨਾ ਕੁ ਖਰਚਾ ਆਜੂਗਾ? 4 ਕਰੋੜ ਰੁਪਈਆ ਨਹੀਂ ਆਉਣਾ ਉਹਨਾਂ ਦਾ ਖਰਚਾ, ਤੇ ਅਰਬਾਂ ਰੁਪਈਆ ਉੱਥੇ ਚੜਾਵਾ ਚੜ੍ਹਦਾ ਆ, ਹੈਂ ਇਹ ਮੋਨੇ ਜ਼ਿਆਦਾ ਚੜਾਵਾ ਚਾੜ੍ਹਦੇ ਨੇ, ਤੁਸੀਂ ਚੜਾਵਾ ਚਾੜ ਹੀ ਨਹੀਂ ਸਕਦੇ, ਤੁਸੀਂ ਚੜਾਵਾ ਨਹੀਂ ਚਾੜ ਸਕਦੇ, ਤੁਸੀਂ ਜਿਹੜਾ ਚੜਾਵਾ ਚੜਿਆ ਹੁੰਦਾ ਨਾ ਉਹ ਵੇਸਟ ਕਰ ਸਕਦੇ ਆ, ਹੋਰ ਨਹੀਂ ਕੋਈ ਕੰਮ ਹੈਗਾ ਤੁਹਾਨੂੰ।
ਉਹ ਜਾ ਕੇ ਪੁਲਿਸ ਵਾਲਿਆਂ ਨੂੰ ਪੁੱਛੋ ਜਿਹੜੇ ਜਨਾਨੀਆਂ ਨਾਲ ਗਲਤ ਕੰਮ ਕਰਦੇ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਆ ਉਹ ਨਹੀਂ ਤੁਸੀਂ ਪੁੱਛ ਸਕਦੇ ਪੁਲਿਸ ਵਾਲਿਆਂ ਨੂੰ ਜਾਂ ਮਾਰੋ ਉਹਨਾਂ ਦੇ ਛਿੱਤਰ ਜਿਹਨਾਂ ਜਨਾਨੀ ਨੇ ਇਹ ਕੰਮ ਕੀਤਾ ਚੰਗਾ ਠੋਕੋ ਠੋਕ ਕੇ ਆ ਜਾਓ ਮੇਰੇ ਕੋਲ ਜਿਹੜਾ 20,000 ਰੁਪਈਆ ਤੁਹਾਡਾ ਦਿਆ ਬਣੂਗਾ ਮਹੀਨੇ ਦਾ ਮੇਰੇ ਕੋਲੋਂ ਲੈ ਲਿਓ ਮੈਂ ਦੇਵਾਂਗਾ ਤੁਹਾਨੂੰ 20,000 ਰੁਪਇਆ ਮਹੀਨੇ ਦਾ ਤੁਹਾਨੂੰ ਜੇ 3 ਮਹੀਨੇ ਦੀ ਜਾਂ 6 ਮਹੀਨੇ 2-4 ਸਾਲ ਦੀ ਸਜ਼ਾ ਵੀ ਹੁੰਦੀ ਆ ਉਹਦਾ ਮੈਂ 20,000 ਰੁਪਈਆ ਦਿੰਦਾ ਜਾਂ ਉਹ ਡੱਲੇ ਵਾਲਾ ਜਿਹੜਾ ਥਾਣੇਦਾਰ ਵਾ ਜਿਸ ਕੁੜੀ ਦੇ ਨਾਲ ਉਹਨਾਂ ਨੇ ਗਲਤ ਕੰਮ ਕੀਤਾ ਇਹਨਾਂ ਦੱਲਿਆਂ ਨੇ ਉਹਨੂੰ ਸਜ਼ਾ ਜਾ ਕੇ ਦਿਓ ਠੀਕ ਆ ਜੇ ਹਿੰਮਤ ਹੈਗੀ ਆ ਤੁਹਾਡੇ ਵਿੱਚ ਫਿਰ ਇੱਕ ਭੈਣ ਮੇਰੀ ਦੀ ਮੈਂ ਖਬਰ ਪੜ੍ਹੀ ਆ ਮੈਨੂੰ ਕਿਸੇ ਬੰਦੇ ਨਾਲ ਜਾਣੀ ਕਿ ਜਦੋਂ ਮੈਂ ਵੀਡੀਓ ਦੇਖਦਾ ਹਾਂ ਤੇ ਗੈਰਤ ਮੇਰੀ ਜਿਹੜੀ ਆ ਉਹ ਜਾਗ ਪੈਂਦੀ ਆ ਤੁਹਾਡੀ ਗੈਰਤ ਨਹੀਂ ਜਾਗਦੀ ਤੁਸੀਂ ਸਿਰਫ ਐਵੇਂ ਨੰਗੀਆਂ ਕਿਰਪਾਨਾਂ ਕੱਢ ਕੇ ਹਿਲਾਉਣ ਵਾਲਿਆਂ ਵਿੱਚੋਂ ਆ ਠੀਕ ਹੈ ਉਹ ਭੈਣ ਮੇਰੀ ਦੇ ਮੈਂ ਵੀਡੀਓ ਦੇਖਿਓ ਮੈਂ ਪਾ ਰਿਹਾ ਇਹਦੇ ਵਿੱਚ ਕਿਸੇ ਥਾਣੇਦਾਰ ਨੇ ਉਹਦੇ ਮਿਰਚਾਂ ਗੋਪਤੰਗਾਂ ਦੇ ਉੱਤੇ ਰੱਖੀਆਂ ਦਰਸ਼ਨ ਸਿੰਘ ਡੈਲ ਨੋ ਉਹਦਾ ਬੰਦੇ ਦਾ ਨਾਂ ਆ ਮੈਨੂੰ ਪਤਾ ਨਹੀਂ ਉਹ ਕਿਹਨਾਂ ਦੀ ਭੈਣ ਵਾ ਕੋਈ ਕਹਿੰਦੀ ਮੇਰਾ ਆਦਮੀ ਪੁਲਿਸ ਨੇ ਫੜ ਲਿਆ ਸੀਗਾ ਮੈਨੂੰ ਅੱਤਵਾਦੀ ਆ ਕਹਿ ਕੇ ਮੈਨੂੰ ਫੜਿਆ ਰੈਸਟ ਕੀਤਾ ਅੰਦਰ ਮੇਰਾ ਉਹ ਬੁਰਾ ਹਾਲ ਕੀਤਾ ਮੇਰੇ ਨਾਲ ਮਿਰਚਾਂ ਪਾਈਆਂ ਦਰਸ਼ਨ ਸਿੰਘ ਡੈਲੋ ਥਾਣੇਦਾਰ ਨੇ ਹਜੇ ਵੀ ਹੈਗਾ ਜੇ ਤੁਹਾਡੀ ਗੈਰਤ ਜਾਗਦੀ ਆ ਉਹ ਤੇ ਕੇਸ ਹੀ ਕਰ ਦੋ ਉਹਦੇ ਜੁੱਤੀਆਂ ਫੇਰ ਦੋ ਜਾ ਕੇ ਟਕਾ ਕੇ ਹੈ ਇੱਕ ਥਾਣੇਦਾਰ ਤਾਂ ਤੁਹਾਡੇ ਕੋਲ ਫੜ ਨਹੀਂ ਹੁੰਦਾ ਗੱਲਾਂ ਤੁਸੀਂ ਮਾਰ ਲੈਣੇ ਬੜਬੜੀਆਂ ਤੇ ਉਹਨੇ ਵੀਡੀਓ ਦੀ ਦੇਖੀ ਹੈ ਤੇ ਮੇਰੇ ਘਰ ਕਹਿੰਦੀ ਨਲਕਾ ਵੀ ਹੈ ਨਹੀਂ ਸੀ ਮੈਂ ਆਪਣੀ ਜ਼ਿੰਦਗੀ ਪਾਣੀ ਲੋਕਾਂ ਦੇ ਘਰਾਂ ਤੋਂ ਨਲਕੇ ਤੋਂ ਭਰ ਭਰ ਕੇ ਆਪਣੀ ਜ਼ਿੰਦਗੀ ਜਾਣੀ ਕਿ ਕੱਟੀ ਹੈ ਮੇਰੇ ਘਰ ਪੈਸੇ ਵੀ ਹੈ ਨਹੀਂ ਪਤਾ ਨਹੀਂ ਵੀਡੀਓ ਕਰਦੀ ਹੈ ਵੀਡੀਓ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਹੁਣੇ ਮੈਂ ਭੈਣ ਨੂੰ ਕਹਿੰਦਾ ਮੇਰੇ ਨਾਲ ਕੰਟੈਕਟ ਕਰ ਕਿਸੇ ਪਾਰਟੀ ਨੇ ਉਹਨੂੰ ਕਿਸੇ ਹਮਦਰਦੀ ਨੇ ਕਿਸੇ ਜਥੇਬੰਦੀ ਨੇ ਉਹਨੂੰ 5,000 ਰੁਪਈਆ ਨਹੀਂ ਦਿੱਤਾ ਮੇਰੇ ਨਾਲ ਭੈਣ ਮੇਰੀ ਕੰਟੈਕਟ ਕਰੇ ਮੈਂ ਉਹਦੀ ਹੈਲਪ ਕਰਦਾ ਜਿੰਨੀ ਹੋ ਸਕਦੀ ਹੈ 20,000 30,000 40,000 50,000 ਮੈਂ ਪਾਵਾਂਗਾ ਐਨੀ ਟਾਈਮ ਉਹ ਬਾਬਾ ਦੀਪ ਸਿੰਘ ਨਿਹੰਗ ਵਾ ਮੇਰੇ ਉਹਦੇ ਕੰਟੈਕਟ ਚੰਗੇ ਆ ਮੈਂ ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹਫ਼ਤੇ ਵਿੱਚ ਹੀ ਕਰ ਦੇਵਾਂਗਾ ਪੈਸੇ ਉਹ ਆ ਕੇ ਲਿਜਾ ਸਕਦੀ ਹੈ ਉਹ ਦੇਖੋ ਕਿੱਦਾਂ ਵਿਚਾਰੀ ਰੋਂਦੀ ਆ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ ਮੈਂ ਵੀਡੀਓ ਦੇਖ ਲਿਓ ਵਿੱਚ ਮੇਰੇ ਨਾਲ ਕੰਟੈਕਟ ਭੈਣ ਕਰ ਸਕਦੀ ਹੈ ਕਿਸੇ ਜਥੇਬੰਦੀ ਨੇ ਇਹਦੀ ਬਾਂਹ ਨਹੀਂ ਫੜੀ ਹੈਗੀ ਤੁਸੀਂ ਮਾਰਦੇ ਆ ਬੜਕਾਂ ਬੜਬੜੀਆਂ ਕੋਈ ਮੱਥਾ ਟੇਕਣਾ ਆ ਉਹਨੂੰ ਫੜ ਲਿਆ ਕੋਈ ਮੋਟਰਸਾਈਕਲ ਤੇ ਜੋੜਾ ਜਾਂਦੇ ਆ ਉਹਦੀ ਵੀਡੀਓ ਲਾਪੇ ਬਣਾਉਣ ਇਹ ਆਸ਼ਕੋ ਐਂਚੀ ਜਾਂਦੇ ਆ ਅਸੀਂ ਫੜ ਲਿਆ ਤੁਹਾਡਾ ਕੰਮ ਕਿਹਾ ਨੈੱਟ ਦੇ ਉੱਤੇ ਕਿਸੇ ਭੈਣ ਦੀ ਵੀਡੀਓ ਪਾਉਣ ਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਹੀ ਹੈਂ ਤੁਹਾਡੀਆਂ ਭੈਣਾਂ ਦੀਆਂ ਕੱਲ੍ਹ ਨੂੰ ਕੋਈ ਵੀਡੀਓ ਪਾਉਣਗੇ ਫਿਰ ਤੁਸੀਂ ਜਾ ਸਕਦੇ ਆ ਆ ਵੀਡੀਓ ਦੇਖਿਓ ਜੀ ਚੰਗੀ ਤਰ੍ਹਾਂ ਸਾਡੇ ਪਿਓ ਦੇ ਸੀਨੇ 'ਚ ਗੋਲੀਆਂ ਵੱਜਣ ਅਤੇ ਪੁੱਤਰ ਜਾਈ ਲੈ ਕੇ ਸੌਂ ਜੀ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਮੈਂ ਇੱਕ ਦਿਨ ਸਿੰਘ ਜਾਣ ਲੱਗਿਆ ਮੇਰੇ ਪਾਸੋਂ ਮੈਂ ਕਿਹਾ ਖਾਲਸਾ ਜੀ ਇੱਕ ਬੇਨਤੀ ਹੈ ਕਹਿੰਦੀ ਦੱਸੋ ਮੈਂ ਕਿਹਾ ਜੀ ਤੁਹਾਡੇ ਕੋਲ ਕੋਈ ਚੀਜ਼ ਹੈ ਸਾਈਨਾਈਡ ਵਗੈਰਾ ਫਿਰ ਭਰਾ ਜੀ ਜਾਂ ਪਰਮਾਤਮਾ ਜਾਣਦਾ ਜਾਂ ਸਾਨੂੰ ਪਤਾ ਵੀ ਉਹਨਾਂ ਨੇ ਜੋ ਸਾਡੇ 'ਤੇ ਤਸ਼ੱਦਦ ਕੀਤਾ ਉੱਥੇ ਭਰਾ ਜੀ ਇੱਕ ਐਸਾ ਪੁਲਿਸ ਵਾਲਾ ਗੰਦਾ ਅਤੇ ਮੈਨੂੰ ਗਲਤ ਬੋਲਣ ਲੱਗਿਆ ਰਾਤ ਨੂੰ ਅਤੇ ਵਾਹਿਗੁਰੂ ਨੂੰ ਮੈਂ ਕਰਕੇ ਚੇਤੇ ਭਰਾ ਜੀ ਮੈਥੋਂ 3-4 ਚਪੇੜਾਂ ਮਾਰੀਆਂ ਮੈਂ ਉਹਦੀ ਛੋਟੀ ਜਿਹੀ ਉਮਰ ਦਾ ਮੁੰਡਾ ਸੀ ਇੱਕ ਬਾਹਰ ਸਿਆਣਾ ਜਿਹਾ ਪੁਲਿਸ ਵਾਲੇ ਦੀ ਡਿਊਟੀ ਸੀ ਉਹ ਭੱਜ ਕੇ ਆਇਆ ਭੈਣ ਜੀ ਕੀ ਗੱਲ ਹੈ ਜਦ ਮੈਂ ਉਹਦੇ ਨਾਲ ਝਾੜਨ ਲੱਗ ਗਈ ਮੈਂ ਕਿਹਾ ਕੁੱਤਾ ਆਪਦੀ ਮਾਂ ਦੀ ਇੱਜ਼ਤ ਨੂੰ ਹੱਦ ਪਾ ਰਿਹਾ ਇਸ ਹੱਦ ਤੱਕ ਪੁਲਿਸ ਵਾਲਿਆਂ ਦਾ ਜ਼ਮੀਰ ਕਿ ਡਿਊਟੀ ਦੌਰਾਨ ਗਿਰ ਜਾਂਦੀ ਤੀ ਭਰਾ ਜੀ ਫਿਰ ਭਰਾ ਜੀ ਉਹਨਾਂ ਨੇ ਮੇਰੇ 'ਤੇ ਇੰਨਾ ਤਸ਼ੱਦ ਐਸਾ ਢਾਹਿਆ ਵੀ ਵਾਹਿਗੁਰੂ ਜਾਣਦਾ ਮੇਰੇ ਭਰਾ ਦਾ ਕਛਹਿਰਾ ਖੋਲ੍ਹ ਕੇ ਉਹਦੇ ਗਲ 'ਚ ਨਾਲਾ ਪਾਤਾ ਨੰਗਨ ਤਾਂ ਨਹੀਂ ਹੋਇਆ ਮੇਰੇ ਸਾਹਮਣੇ ਕਹਿੰਦੇ ਤੇਰੇ ਭਰਾ ਨੂੰ ਦੇਖ ਤੇਰੇ ਸਾਹਮਣੇ ਨੰਗਨ ਕਰਕੇ ਕੁੱਟਾਂਗੇ ਭਰਾ ਜੀ ਮੈਂ ਅੱਖਾਂ ਵੀ ਚਲੀ ਜਦੋਂ ਮੈਂ ਅੱਖਾਂ ਵੀ ਚਲੀਆਂ ਤਾਂ ਫੜ ਕੇ ਮਿਰਚਾਂ ਦੀਆਂ ਚੂੰਡੀਆਂ ਮੇਰੀਆਂ ਅੱਖਾਂ ਦੇ ਵਿੱਚ ਪਾਤੀਆਂ ਲੈ ਦੇ ਸਮਾਰਕੀ ਵਿੱਚ ਦਿੰਦੇ ਦੋ ਲੇਡੀ ਕੇਸ ਕਾਂਸਟੇਬਲਾਂ ਮੰਗਾ ਲਈਆਂ ਅਤੇ ਮੇਰੇ ਗੁਰਤੰਗਾਂ ਦੇ ਵਿੱਚ ਮਿਰਚਾਂ ਪਾਈਆਂ ਉਹਨਾਂ ਨੇ ਕੌਣ ਸੀ ਉੱਥੇ ਉਸ ਵਕਤ ਐਸ ਐਚ ਓ ਕੌਣ ਸੀ ਗਲਤੀ ਸਿੰਘ ਢਿੱਲੋਂ
ਇਹ ਜਿਹੜਾ ਅਣਮਨੁੱਖੀ ਘਰ ਹੈ, ਹੁਣ ਮੈਨੂੰ ਦੱਸੋ ਇਹ ਦਰਸ਼ਨ ਸਿੰਘ ਡੇਲੋ ਨਾਂ ਦੇ SHO ਨੂੰ ਕਿਹੜੇ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖੇ ਹੋਏ ਕੋਈ ਕਾਨੂੰਨ ਦੇ ਐਸੇ ਧਾਰਾ ਨੇ ਇਹਨੂੰ ਅਧਿਕਾਰ ਦਿੱਤਾ ਸੀ ਕਿ ਇੱਕ ਖਾੜਕੂ ਸਿੰਘ ਦੀ ਮਾਂ ਨੂੰ, ਇੱਕ ਖਾੜਕੂ ਸਿੰਘ ਦੀ ਪਤਨੀ ਨੂੰ ਤੂੰ ਜੇ ਕੋਈ ਪੁੱਛ ਗਿੱਛ ਕਰਨੀ ਹੈ ਤਾਂ ਆਹ ਕਿਹੜੀ ਦਾਇਰੇ ਕਾਨੂੰਨ ਦੇ ਵਿੱਚ ਲਿਖਿਆ? ਜੇ ਉਸਦੀ ਮਾਂ ਜਿਉਂਦੀ ਹੈ, ਜੇ ਉਸਦੀ ਪਤਨੀ ਹੈਗੀ ਆ, ਉਹਦੀ ਧੀ ਹੈਗੀ ਆ, ਉਹਦੀ ਭੈਣ ਹੈਗੀ ਆ, ਅਤੇ ਆਹ ਗੱਲ ਸੁਣ ਕੇ ਬੀਬੀ ਭੁਪਿੰਦਰ ਕੌਰ ਦੀ ਤਾਂ ਉਹਦੇ ਮੂੰਹ 'ਤੇ ਥੁੱਕ ਦੇਣ। ਖਿੱਚ ਕੇ ਇੱਕ ਵਾਰੀ ਆਪਾਂ ਡਿੱਗ ਪਈਏ, ਲੱਤ ਇੱਧਰ ਚਲੀ ਜਾਵੇ ਤਾਂ ਕਿੰਨਾ ਤਕਲੀਫ ਹੁੰਦਾ। ਮੇਰੀਆਂ ਲੱਤਾਂ ਖਿੱਚ ਖਿੱਚ ਕੇ ਪਾੜੀਆਂ ਉਹਨਾਂ ਨੇ। ਸਾਨੂੰ ਅਫਸੋਸ ਨਹੀਂ, ਸਾਡੇ ਵੀ ਸਿੰਘ ਕਿਸੇ ਨੇ ਫੜ ਲਏ, ਕੁੱਟ ਕੇ ਮਾਰਤੇ, ਉਹ ਜੂਝ ਕੇ ਸ਼ਹੀਦ ਹੋਏ ਨੇ। ਪਰ ਅਫਸੋਸ ਸਾਨੂੰ ਆਪਣਿਆਂ 'ਤੇ ਹੈ ਵੀ ਜਿਨ੍ਹਾਂ ਨੇ ਸਾਨੂੰ ਆ ਕੇ ਕਦੀ ਇਹ ਵੀ ਨਹੀਂ ਪੁੱਛਿਆ ਵੀ ਭੈਣ ਜੀ ਤੁਸੀਂ ਜਿਉਂਦੇ ਹੋ ਜਾਂ ਮਰ ਗਏ। ਇੱਕ ਮੈਂ ਜਿੰਦਾ ਲਾਸ਼ ਬੈਠੀ ਹਾਂ ਭਰਾ ਜੀ ਤੁਹਾਡੇ ਸਾਹਮਣੇ। ਇੱਕ ਗੱਲ ਮੈਂ ਜ਼ਰੂਰ ਅੱਜ ਕਹਿਣੀ ਚਾਹਾਂਗਾ, ਬੀਬੀ ਸਿਮਰਤ ਕੌਰ ਬਾਦਲ ਜੀ, ਤੁਸੀਂ ਇੱਕ ਔਰਤ ਹੋ, ਇਸ ਔਰਤ ਦੀ ਗੱਲ ਸੁਣ ਰਹੇ ਹੋ? ਤੁਹਾਡੇ ਘਰ 'ਚ ਰਾਜ ਭਾਗ ਰਿਹਾ ਅਤੇ ਜਿਸ ਪੁਲਿਸ ਅਫਸਰ ਦਾ ਇਹ ਨਾਂ ਲੈ ਰਹੇ ਨੇ ਉਹਨੂੰ ਪੂਰੀ ਤਰ੍ਹਾਂ ਨਵਾਜਿਆ ਗਿਆ। ਠੀਕ ਆ, ਮਾਰ ਦਿੱਤੇ, ਉਹ ਬਾਗੀ ਸਨ, ਭਗੌੜੇ ਸਨ, ਮੁਕਾਬਲੇ ਹੋ ਗਏ, ਉਹ ਸ਼ਹੀਦ ਹੋ ਗਏ, ਪੁਲਿਸ ਨੇ ਮਾਰ ਦਿੱਤੇ, ਗੱਲ ਮੁੱਕ ਗਈ। ਪਰ ਇਸ ਔਰਤ ਦੇ ਨਾਲ ਜੋ ਕੁਝ ਹੋਇਆ, ਕੀ ਦੁਨੀਆਂ ਭਰ ਦੀਆਂ ਔਰਤਾਂ ਦੇ ਹੱਕਾਂ ਲਈ ਲੜਨ ਵਾਲੀਆਂ ਔਰਤਾਂ ਦੀਆਂ ਜਥੇਬੰਦੀਆਂ ਅੱਜ ਇਹ ਗੱਲ ਸੁਣ ਕੇ ਕੀ ਉਸ ਪੁਲਿਸ ਅਫਸਰ ਦੇ ਵਿਰੁੱਧ ਕੋਈ ਕਾਰਵਾਈ ਕਰਨਗੀਆਂ? ਲਾਨਤ ਆ ਐਸੇ ਪੁਲਿਸ ਅਫਸਰਾਂ 'ਤੇ, ਯਾਦ ਕੀਤੇ ਜਾਓਗੇ ਜ਼ਕਰੀਆ ਖਾਨ ਵਾਂਗੂ, ਮੀਰ ਮੰਨੂ ਵਾਂਗੂ। ਤੁਸੀਂ 7 ਸਾਲ ਭਰਾ ਜੀ ਘਰ ਆ ਕੇ ਸਾਤੋਂ ਨਲਕਾ ਨਹੀਂ ਲੱਗਿਆ, ਗੁਆਂਢੀਆਂ ਨੂੰ ਪਾਣੀ ਢੋ ਢੋ ਕੇ ਮੈਂ ਬੱਚੇ ਪਾਲੇ ਨੇ, ਬੱਚੇ ਮੇਰੇ ਬਹੁਤ ਛੋਟੇ ਤੇ ਉਦੋਂ, ਪਰ ਕਦੀ ਕਿਸੇ ਨੂੰ ਕੋਈ ਦਰਦ ਨਹੀਂ ਆਇਆ। ਬਹੁਤ ਵੱਡੀ ਕੀਮਤ ਚੁਕਾਈ ਹੈ ਇਹਨਾਂ ਨੇ, ਪਤੀ ਵੀ ਅਤੇ ਪੁੱਤਰ ਵੀ, ਇੱਜ਼ਤ ਮਾਣ ਤੱਕ ਦਾਅ 'ਤੇ ਲੱਗ ਗਿਆ, ਪਰ ਕੋਈ ਹੰਝੂ ਪੂੰਝਣ ਨਹੀਂ ਆਇਆ। ਇਹ ਗੱਲ ਬਹੁਤ ਜ਼ਿਆਦਾ ਤਕਲੀਫ ਦੇ ਆ। ਝੂਠੇ ਹੀ ਸਹੀ, ਤੁਸੀਂ ਪੰਥ ਦੇ ਵਾਰਸ ਆਪਣੇ ਆਪ ਨੂੰ ਅਖਵਾਉਂਦੇ ਹੋ, ਜਥੇਦਾਰੋ, ਲੀਡਰੋ, ਇਹਨਾਂ ਪਰਿਵਾਰਾਂ ਤੱਕ ਕਿੰਨੇ ਆਉਣਾ, ਹੁਣ ਹੀ ਆ ਜਿਓ ਵੀ ਬਲਵਿੰਦਰ ਸਿੰਘ ਤੇਰੇ ਚੈਨਲ ਦੇ ਉੱਤੇ ਆਹ ਖਬਰ ਚੱਲ ਗਈ ਆ, ਆਹ ਸਟੋਰੀ ਚੱਲੀ ਆ, ਅਤੇ ਸਾਨੂੰ ਹੁਣ ਪਤਾ ਲੱਗਾ, ਹੁਣ ਹੀ ਆ ਜਿਓ, ਵਕਤ ਆਏਗਾ, ਉਹਦੀ ਲਾਠੀ ਬਹੁਤ ਬੇਆਵਾਜ਼ ਹੈ, ਇਹ ਲੇਖਾ ਦੇਣਾ ਪੈਣਾ। ਇਸ ਮਾਤਾ ਦੀ ਪੂਰੀ ਕਹਾਣੀ ਜਾਣਨ ਲਈ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰੋ, ਜੋ ਕਿ PTN 24 ਨਿਊਜ਼ ਚੈਨਲ ਦਾ ਹੈ।